ਗੋਲੂ ਤੇਰੀ ਮੰਮੀ ਦਾ ਕੀ ਨਾਂ? ਮੰਮੀ ਤਾਂ ਤੇਰੀ ਕਿੰਨਾ ਪਿਆਰ ਕਰਦੀ ਹੈ ਤੈਨੂੰ। ਕਿੱਥੇ ਆ ਮੰਮੀ? ਮੰਮੀ ਕਿੱਥੇ ਆ? ਘਰ ਕਾਹਤੋਂ ਛੱਡ ਆਇਆ ਤੂੰ? ਮੰਮੀ ਦਾ ਕੀ ਨਾਮ ਆ? ਮੰਮੀ ਹੈ ਨੀ? ਇਹ ਦੱਸਣਾ ਨਹੀਂ ਚਾਹੁੰਦਾ ਆਪਣਿਆਂ ਬਾਰੇ, ਜਾਂ ਇਹਨੂੰ ਸਮਝ ਹੀ ਹੈ ਨਹੀਂ ਇਸ ਲੈਵਲ ਦੀ। ਇਹ ਕਿਤੇ ਭਟਕ ਗਿਆ ਘਰੋਂ ਜਾਂ ਨਿਕਲ ਗਿਆ ਘਰੋਂ, ਘਰਦਿਆਂ ਨੂੰ ਪਤਾ ਨਹੀਂ ਲੱਗਿਆ। ਹੋ ਸਕਦਾ ਉਹ ਲੱਭਦੇ ਹੋਣ, ਹੋ ਸਕਦਾ ਮਾਂ ਬਿਲਕਦੀ ਹੋਵੇ, ਤੜਫਦੀ ਹੋਵੇ ਆਪਦੇ ਪੁੱਤ ਨੂੰ ਮਿਲਣ ਨੂੰ। ਜ਼ਿਲ੍ਹਾ ਕੌਣ ਸਾ ਹੈ? ਜ਼ਿਲ੍ਹਾ ਕੌਣ ਸਾ ਜ਼ਿਲ੍ਹਾ ਹੈ ਆਪਕਾ? ਬਿਹਾਰ। ਕੌਣ ਸਾ ਜ਼ਿਲ੍ਹਾ? ਜ਼ਿਲ੍ਹਾ ਕੌਣ ਸਾ ਹੈ? ਨੂਰਪੁਰ। ਕਿਆ ਬੋਲਾ? ਨੂਰਪੁਰ ਬੋਲਾ ਥਾ ਨਾ ਆਪਣੇ। ਇਹ ਕੌਣ ਸੇ ਜ਼ਿਲ੍ਹਾ ਮੇਂ ਪੜਤਾ ਹੈ? ਕੌਣ ਸੇ ਜ਼ਿਲ੍ਹਾ ਮੇਂ ਪੜਤਾ ਹੈ? ਯੂਪੀ ਮੇਂ। ਕੌਣ ਸੀ ਜਗ੍ਹਾ? ਸ਼ਹਿਰ ਕੌਣ ਸਾ ਹੈ ਨਜ਼ਦੀਕ? ਕਿਹੜਾ ਸ਼ਹਿਰ ਹੈ? ਇਤਰਾਨਗੰਜ। ਅੱਛਾ, ਔਰ ਨਾਮ ਕਿਆ ਆਪਕਾ? ਗੋਲੂ। ਗੋਲੂ ਆਪਕੇ ਪਿਤਾ ਜੀ ਕਾ ਨਾਮ? ਕਿਆ ਕੋਈ ਨਹੀਂ ਹੈ? ਯੇ ਕੈਸੇ ਹੋ ਸਕਤਾ ਹੈ? ਨਹੀਂ ਨਹੀਂ, ਆ ਭਾਈ ਹੈ ਆਪਕਾ? ਮਾਂ ਬਾਪ? ਮਾਂ ਹੈ ਨਾ? ਬਾਪ? ਬਾਪ ਪਿਤਾ ਜੀ ਆਪਕੇ? ਦਵਾਈ ਖਾਏਂਗੇ ਠੀਕ ਹੋ ਜਾਏਗਾ ਕੋਈ ਬਾਤ? ਅਭੀ ਦਵਾਈ ਖਾ। ਕਿਤਨੇ ਦੇ ਹੋਏ ਘਰ ਸੇ ਨਿਕਲੇ ਹੋਏ? ਬਾਲੀ ਜੀ ਕਾ ਨਾਮ ਹੈ। ਬਾਲੀ ਬੱਚੀ। ਘਰ ਕਹਾਂ ਆਪਕਾ? ਯੂਪੀ ਕੇ? ਯੂਪੀ ਕੇ। ਯਹਾਂ ਪਰਿਵਾਰ ਹੈ ਆਪਕਾ? ਯਹਾਂ ਪੇ ਪਰਿਵਾਰ ਹੈ? ਪਰਿਵਾਰ ਕਹਾਂ? ਕੌਣ ਸੇ ਜ਼ਿਲ੍ਹੇ ਮੇਂ ਹੈ? ਹਾਂ ਜੀ, ਇੱਕ ਲੜਕਾ ਹੈਗਾ ਵਾ ਸਵੇਰ ਦਾ, ਘੱਟੋ ਘੱਟ ਨਹੀਂ ਇਹ 4 ਤੋਂ 5 ਗੇੜੇ ਕੱਢ ਚੁੱਕਾ ਇੱਥੇ ਦਾ। ਦਿਮਾਗੀ ਸੰਤੁਲਨ ਇਹਦਾ ਠੀਕ ਨਹੀਂ ਹੈਗਾ ਮੁੰਡੇ ਦਾ। ਅਸੀਂ ਇਹਦੀ ਵੀਡੀਓ ਇਸ ਕਰਕੇ ਪਾ ਰਹੇ ਹਾਂ, ਅਗਰ ਜੇ ਤਾਂ ਕੋਈ ਇਹਦੇ ਜਾਣ ਪਹਿਚਾਣ ਦਾ ਕੋਈ ਹੈਗਾ ਤਾਂ ਪਲੀਜ਼ ਸਾਡੇ ਨਾਲ ਕੰਟੈਕਟ ਕਰੋ। ਇਸ ਟਾਈਮ ਇਹੋ ਜਿਹੀ ਹਾਲਤ ਦੇ ਵਿੱਚ ਹੈਗਾ ਵਾ ਕਿ ਨਾ ਤਾਂ ਇਹ ਜ਼ਿਆਦਾ ਤੁਰ ਫਿਰ ਸਕਦਾ ਵਾ, ਅਤੇ ਬਿਮਾਰ ਵੀ ਹੈਗਾ ਇਸ ਟਾਈਮ, ਬੁਖਾਰ ਵੀ ਹੈਗਾ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਵੀਰੇ, ਤੁਸੀਂ ਲੈ ਕੇ ਆਏ ਵੀਰੇ ਨੂੰ? ਸਤਿ ਸ਼੍ਰੀ ਅਕਾਲ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਕੀ ਹਾਲ ਨੇ ਰੱਬ ਦੇ ਬੰਦਿਆ? ਬੁਖਾਰ ਚੜ ਗਿਆ? ਚੋਟ ਲੱਗ ਗਿਆ? ਤੇਰਾ ਨਾਮ ਕੀ ਆ? ਗੋਲੂ ਆ ਤੇਰਾ ਨਾਂ? ਆ ਚੋਟ ਕਿਵੇਂ ਲੱਗ ਗਿਆ ਤੇਰੇ? ਚੋਟ ਲੱਗ ਗਿਆ। ਗੋਲੂ ਤੇਰੀ ਮੰਮੀ ਦਾ ਕੀ ਨਾਂ? ਮੰਮੀ ਤਾਂ ਤੇਰੀ ਕਿੰਨਾ ਪਿਆਰ ਕਰਦੀ ਹੈ ਤੈਨੂੰ। ਕਿੱਥੇ ਆ ਮੰਮੀ? ਮੰਮੀ ਕਿੱਥੇ ਆ? ਚੱਕਰ ਲੱਗਦੇ। ਮੰਮੀ ਦਾ ਕੀ ਨਾਮ ਆ? ਨਹੀਂ ਨਹੀਂ, ਗੋਲੂ ਨੂੰ ਤਾਂ ਪਤਾ, ਵਾਹਿਗੁਰੂ ਇੱਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਾਹਿਬ ਅੰਗੁਰ ਪ੍ਰਸ਼ਾਦ ਜਪ ਆਦ ਸੱਚ ਜਗਾਰ ਸੱਚ ਹੈਪੀ ਸੱਚ ਨਾਨਕ ਹੋਸੀ ਪੀ ਸੱਚ। ਹਾਂ ਗੋਲੂ, ਕਿਵੇਂ ਪੁੱਤ? ਪਾਪਾ ਦਾ ਕੀ ਨਾਮ ਆ? ਨਹੀਂ ਪੁੱਤ, ਦੱਸਣਾ ਨਹੀਂ ਚਾਹੁੰਦਾ ਤੂੰ, ਪਤਾ ਤਾਂ ਹੈਗਾ ਤੂੰ ਦੱਸਣਾ ਨਹੀਂ ਚਾਹੁੰਦਾ, ਹੈ ਨਾ? ਕੀ ਗੱਲ ਹੋ ਗਈ? ਡਰ ਲੱਗਦਾ? ਮਾਰਦੇ ਸੀ ਤੈਨੂੰ? ਤੈਨੂੰ ਕੁੱਟਦੇ ਸੀ ਘਰੇ? ਧੱਕਾ ਲੱਗ ਗਿਆ ਘਰੇ? ਕੁੱਟਦੇ ਸੀ ਤੈਨੂੰ ਘਰੇ? ਮਾਰਦਾ ਸੀ ਕੋਈ ਤੈਨੂੰ?
ਕੀ ਗੱਲ ਹੋ ਗਈ, ਤੂੰ ਘਰ ਕਾਹਤੋਂ ਛੱਡਤਾ? ਹਾਂ ਕੋਈ ਨਾ, ਘਰ ਕਾਹਤੋਂ ਛੱਡਤਾ ਤੂੰ ਗੋਲੂ? ਹੈਂ, ਘਰ ਕਾਹਤੋਂ ਛੱਡਿਆ ਆਇਆ ਤੂੰ? ਮੰਮੀ ਦਾ ਕੀ ਨਾਮ ਆ? ਮੰਮੀ ਹੈ ਨੀ, ਮੰਮੀ ਮਰ ਗਈ? ਕੀ ਨਾਂ ਸੀ ਮੰਮੀ ਦਾ? ਮੰਮੀ ਦਾ ਨਾਮ ਕੀ ਸੀ? ਪਾਪਾ ਦਾ ਕੀ ਨਾਮ ਸੀ? ਬੁਖਾਰ ਆ ਤੈਨੂੰ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਇਹ ਬੱਚੇ ਰੱਬ ਰੂਪੀ ਹੁੰਦੇ ਨੇ, ਜਿਨ੍ਹਾਂ ਦੇ ਘਰਾਂ ਦੇ ਵਿੱਚ ਜੰਮਦੇ ਨੇ ਉਹ ਭਾਗਾਂ ਵਾਲੇ ਹੁੰਦੇ ਨੇ। ਪਰ ਅੱਜ ਕੱਲ੍ਹ ਸਮਾਂ ਇਸ ਤਰ੍ਹਾਂ ਦਾ ਚੱਲਦਾ, ਕਲਯੁੱਗ ਪੂਰੇ ਜ਼ੋਰਾਂ 'ਤੇ ਆ। ਅੱਜ ਕੱਲ੍ਹ ਤਾਂ ਚੰਗੇ ਭਲੇ ਧੀਆਂ ਪੁੱਤ ਜਿਹੜੇ ਕਮਾਈਆਂ ਕਰਦੇ ਆ, ਅਤੇ ਚੰਗੇ ਭਲੇ ਮਾਂ ਬਾਪ ਜਿਹੜੇ ਆਪਣੇ ਧੀਆਂ ਪੁੱਤਾਂ ਨੂੰ ਪਾਲਦੇ ਆ, ਪੜ੍ਹਾਉਂਦੇ ਆ, ਵਿਆਹੁੰਦੇ ਆ, ਉਹ ਵੀ ਰੁਲਦੇ ਆ। ਬਸ ਸਮਾਂ ਇਸ ਟਾਈਮ ਇਸ ਤਰ੍ਹਾਂ ਦਾ ਚੱਲ ਰਿਹਾ। ਪਰ ਇੱਥੇ ਇੱਕ ਗੱਲ ਇਹ ਵੀ ਹੈ, ਜਿੱਥੇ ਕੋਈ ਮਾੜਾ ਵਰਤਾਰਾ ਹੋ ਰਿਹਾ ਉੱਥੇ ਚੰਗਾ ਵੀ ਹੋ ਰਿਹਾ। ਕੱਲ੍ਹ ਪਰਸੋਂ ਸਾਨੂੰ ਇਹਦੇ ਬਾਰੇ, ਬੱਚੇ ਬਾਰੇ ਫੋਨ ਆਇਆ, ਅਤੁਲ ਸਾਲਨ ਆ ਸਾਡਾ ਵੀਰ, ਮਾਤਾ ਰਾਣੀ ਚੌਂਕ ਤੋਂ ਘੰਟਾ ਘਰ ਤੋਂ, ਉੱਥੇ ਇਹ ਵੀਰ ਘੁੰਮਦਾ ਸੀ। ਸਾਡੇ ਪਰਸੋਂ ਪਰਿਵਾਰ ਦੇ ਵਿੱਚ ਕੁਛ ਕਾਰਜ ਇੱਦਾਂ ਦੇ ਸੀ, ਅਸੀਂ ਨਿਕਲ ਹੀ ਨਹੀਂ ਪਾਏ, ਜਾ ਹੀ ਨਹੀਂ ਪਾਏ ਉੱਥੇ। ਅਤੇ ਕੱਲ੍ਹ ਵੀਰ ਹੁਣਾਂ ਦਾ ਫੋਨ ਆ ਗਿਆ, ਹੈਬੋਵਾਲ ਪਹੁੰਚ ਗਿਆ ਇਹ ਬੱਚਾ। ਅਤੇ ਇਹ ਚੰਗੇ ਲੋਕ ਜਿਹੜੇ ਚੰਗੀ ਸੋਚ ਦੇ ਮਾਲਕ ਨੇ, ਇਹਨਾਂ ਨੇ ਕੱਲ੍ਹ ਰਾਤ ਦਾ ਉੱਥੇ ਆਪਣੇ ਕੋਲ ਰੱਖਿਆ, ਨਵਾਇਆ ਧਵਾਇਆ। ਵੀਰੇ ਕਿੱਥੋਂ ਮਿਲਿਆ ਤੁਹਾਨੂੰ? ਕੌਣ ਸਭ ਤੋਂ ਪਹਿਲਾਂ ਕਿਹਨੂੰ ਮਿਲਿਆ ਇਹ? ਠੀਕ ਹੈ ਵੀਰੇ, ਦਫ਼ਤਰ ਬੈਠੇ ਹੋਏ ਸੀਗੇ। ਅੱਛਾ, ਕਿੱਥੇ? ਆਪਣਾ ਬਲੌਕੀ ਰੋਡ 'ਤੇ ਆ ਸਰ, ਆਪਣਾ ਬਲੌਕੀ ਰੋਡ ਹੈਬੋਵਾਲ। ਹੈਬੋਵਾਲ ਅਤੇ ਇਹ ਨੰਗ ਉੱਥੋਂ ਕਈ ਗੇੜੇ ਲਾ ਚੁੱਕਾ ਸੀ, ਅਤੇ ਜਦੋਂ ਸ਼ਾਮ ਨੂੰ 6:30 ਫਿਰ ਆਇਆ ਮੁੜ ਕੇ, ਫਿਰ ਅਸੀਂ ਇਹਨੂੰ ਰੋਕਿਆ, ਪੁੱਛਿਆ ਇਹਨੂੰ, ਪਰ ਇਹ ਕੋਈ ਜਵਾਬ ਨਹੀਂ ਦਿੱਤਾ ਇਹਨੇ। ਇਹਦੀ ਹਾਲਤ ਬੜੀ ਖਰਾਬ ਸੀ ਉਸ ਟਾਈਮ। ਫਿਰ ਅਸੀਂ ਇਹਨੂੰ ਆਪਣੇ ਕੋਲ ਹੀ ਰੱਖਿਆ, ਤੁਹਾਡਾ ਕੰਟੈਕਟ ਤੁਹਾਡਾ ਲਾਇਆ, ਅਤੇ ਤੁਸੀਂ ਕਿਹਾ ਰਾਤ ਰੱਖੋ, ਅਤੇ ਸਵੇਰੇ ਅਸੀਂ ਤੁਹਾਡੇ ਨਾਲ, ਅਤੇ ਫਿਰ ਰਾਤ ਨੂੰ ਅਸੀਂ ਆਪਣੇ ਕੋਲ ਹੀ ਇਹਨੂੰ ਰੱਖਿਆ, ਬੰਦਾ ਵੀ ਰੱਖਿਆ ਇਹਦੇ ਕੋਲ, ਤਾਂ ਕਿ ਭੱਜੇ ਨਾ ਇੱਧਰ ਉੱਧਰ। ਰੋਟੀ ਪਾਣੀ ਖਵਾਈਏ ਇਹਨੂੰ, ਕੱਪੜੇ ਕੁੱਪੜੇ ਇਹਦੇ ਚੇਂਜ ਕਰਕੇ, ਨਵਾਇਆ ਧੋਆਇਆ ਸਾਰਾ ਕੁਛ ਕਰਕੇ, ਹੁਣ ਫਿਰ ਸਵੇਰੇ ਅੱਜ ਟਾਈਮ ਸੈੱਟ ਕਰਕੇ ਵੀ ਤੁਹਾਡੇ ਕੋਲ ਲੈ ਕੇ ਆਏ। ਅੱਜ ਅਸੀਂ ਪਹਿਲਾਂ ਆਉਣਾ ਸੀ ਤੁਹਾਡੇ ਕੋਲ ਵੀਰੇ, ਪਰ ਥੋੜੀ ਮੇਰੀ ਸਿਹਤ ਨਹੀਂ ਠੀਕ ਸੀਗੀ, ਸ਼ਾਮ ਤੱਕ ਅਸੀਂ ਨਿਕਲ ਨਹੀਂ ਪਾਏ। ਅਸੀਂ ਇੰਨਾ ਕੁ ਕਰ ਹੀ ਸਕਦੇ ਨਹੀਂ। ਬਹੁਤ ਸ਼ੁਕਰੀਆ, ਬਹੁਤ ਸ਼ੁਕਰੀਆ ਛੋਟੇ ਵੀਰੇ, ਬਹੁਤ ਧੰਨਵਾਦ। ਤੁਸੀਂ ਵੀ ਨਾਲ ਆਏ ਹੋ? ਠੀਕ ਹੈ, ਠੀਕ, ਬਹੁਤ ਸ਼ੁਕਰੀਆ ਤੁਹਾਡਾ, ਤੁਸੀਂ ਇਸ ਬੱਚੇ ਨੂੰ ਸਾਡੇ ਤੱਕ ਪਹੁੰਚਾਇਆ। ਅਤੇ ਅੱਗੋਂ ਡਿਊਟੀ ਹੁਣ ਤੁਹਾਡੀ ਹੈ ਸਾਰਿਆਂ ਦੀ, ਅਗਲਾ ਫਰਜ਼ ਆ ਜਿਹੜਾ ਉਹ ਤੁਸੀਂ ਨਿਭਾਉਣਾ। ਇਸ ਬੱਚੇ ਨੂੰ ਜੇ ਕੋਈ ਪਹਿਚਾਣਦਾ ਵਾ, ਜੇ ਕੋਈ ਜਾਣਦਾ ਵਾ, ਤਾਂ ਸਾਡੇ ਨਾਲ ਸੰਪਰਕ ਕਰਿਓ ਸਾਡੇ ਦਿੱਤੇ ਹੋਏ ਨੰਬਰਾਂ ਦੇ ਉੱਪਰ। ਜੇ ਨਹੀਂ ਜਾਣਦੇ ਪਹਿਚਾਣਦੇ ਤਾਂ ਵੀਡੀਓ ਨੂੰ ਸ਼ੇਅਰ ਕਰਿਓ, ਤਾਂ ਜੋ ਇਹ ਆਪਣਿਆਂ ਤੱਕ ਪਹੁੰਚ ਸਕੇ। ਇਹ ਦੱਸਣਾ ਨਹੀਂ ਚਾਹੁੰਦਾ ਆਪਣਿਆਂ ਬਾਰੇ, ਜਾਂ ਇਹਨੂੰ ਸਮਝ ਹੀ ਹੈ ਨਹੀਂ ਇਸ ਲੈਵਲ ਦੀ, ਜਾਂ ਇਹਦੇ ਪਿੱਛੇ ਕੋਈ ਹੋਰ ਰੀਜ਼ਨ ਆ, ਇਹ ਰੱਬ ਜਾਣਦਾ। ਪਰ ਇੱਕ ਗੱਲ ਕਲੀਅਰ ਆ ਵੀ ਇਹ ਬੱਚਾ ਆਇਆ ਪਰਿਵਾਰ ਦੇ ਵਿੱਚੋਂ। ਜਿਹੜੇ ਬੱਚੇ ਸੜਕਾਂ 'ਤੇ ਰਹਿੰਦੇ ਆ, ਜਾਂ ਜਿਹੜੇ ਲੰਬੇ ਸਮੇਂ ਤੋਂ ਸੜਕਾਂ 'ਤੇ ਰਹਿੰਦੇ ਆ, ਉਹਨਾਂ ਦੇ ਬੋਡੀ ਲੈਂਗੁਏਜ ਤੋਂ, ਹੱਥਾਂ ਪੈਰਾਂ ਤੋਂ ਪਤਾ ਲੱਗ ਜਾਂਦਾ। ਇਹ ਬੱਚੇ ਦੇ ਹੱਥ ਪੈਰ ਸਾਫ਼ ਪਏ ਆ, ਜਮਾਂ ਇਹ ਕਿਤੇ ਭਟਕ ਗਿਆ ਘਰੋਂ, ਜਾਂ ਨਿਕਲ ਗਿਆ ਘਰੋਂ, ਘਰਦਿਆਂ ਨੂੰ ਪਤਾ ਨਹੀਂ ਲੱਗਿਆ। ਹੋ ਸਕਦਾ ਉਹ ਲੱਭਦੇ ਹੋਣ, ਹੋ ਸਕਦਾ ਮਾਂ
ਬਿਲਕਦੀ ਹੋਵੇ, ਤੜਫਦੀ ਹੋਵੇ ਆਪਦੇ ਪੁੱਤ ਨੂੰ ਮਿਲਣ ਨੂੰ। ਹੋ ਸਕਦਾ ਭੈਣ ਭਰਾ ਵੀ ਲੱਭਦੇ ਹੋਣ, ਤੜਫਦੇ ਹੋਣ ਆਪਦੇ ਭਰਾ ਨੂੰ ਮਿਲਣ ਲਈ। ਹੋ ਸਕਦਾ ਦਾਦਾ ਦਾਦੀ ਕੋਈ ਨਾਨਾ ਨਾਨੀ ਵੀ ਹੋਵੇ, ਉਹ ਵੀ ਗੋਲੂ ਨੂੰ ਲੱਭਦਾ ਹੋਵੇ, ਨਾ ਆਪਣਾ ਗੋਲੂ ਦੱਸਦਾ, ਉਸ ਤੋਂ ਅਗਲਾ ਸਟੈਪ ਨਹੀਂ ਲੈ ਰਿਹਾ। ਕੱਲ ਰਾਤ ਦਾ ਵੀਰੇ ਹੁਣਾਂ ਕੋਲ ਆ, ਇਹਨਾਂ ਨੂੰ ਵੀ ਨਹੀਂ ਦੱਸਿਆ ਕੁਛ, ਹੁਣ ਵੀ ਤੁਹਾਡੇ ਸਾਹਮਣੇ ਗੱਲ ਕੀਤੀ ਆ, ਬਸ ਉੱਥੇ ਆ ਕੇ ਚੁੱਪ ਹੋ ਜਾਂਦਾ ਵੀ ਮੰਮੀ ਕੌਣ ਆ, ਕਿੱਥੇ ਆ, ਪਾਪਾ ਕੌਣ ਆ, ਕਿੱਥੇ ਆ, ਐਡਰੈਸ ਕੀ ਆ, ਕਿੱਥੇ ਆ, ਕੁਝ ਨਹੀਂ ਦੱਸ ਰਿਹਾ ਗੋਲੂ। ਗੋਲੂ ਤੇਰਾ ਪੂਰਾ ਨਾਂ ਕੀ ਆ? ਸਕੂਲੇ ਜਾਂਦਾ ਸੀ ਤੂੰ? ਕਿੰਨਾ ਪੜ੍ਹਿਆ ਤੂੰ? ਪੰਜ ਪੜ੍ਹਿਆ? ਕਿਹੜੇ ਸਕੂਲ 'ਚ? ਕਿਹੜਾ? ਸਰਕਾਰੀ ਸਕੂਲ। ਕਿੱਥੇ? ਰਾਤ ਮੈਂ ਚੋਟ ਲੱਗਾ ਹੈ। ਬਸ ਜਦੋਂ ਕਿਸੇ ਐਡਰੈਸ 'ਤੇ ਜਾਂ ਕਿਸੇ ਉਸ ਚੀਜ਼ 'ਤੇ ਪਹੁੰਚਦੇ ਹਾਂ ਜਿੱਥੇ ਸਵਾਲ ਦਾ ਜਵਾਬ ਇਹਦੇ ਨਾਲ ਜੁੜਿਆ ਹੋਇਆ ਵਾ, ਉੱਥੇ ਜਾ ਕੇ ਇਹ ਲੱਤ 'ਤੇ ਸੱਟ ਲੱਗੀ ਦੀ ਗੱਲ ਕਰਦਾ। ਪਰ ਅੱਜ ਕੱਲ੍ਹ ਸੋਸ਼ਲ ਮੀਡੀਆ ਦਾ ਜ਼ਮਾਨਾ, ਵਾਹਿਗੁਰੂ ਕਿਰਪਾ ਕਰਨ ਤੁਹਾਡੀ ਸ਼ੇਅਰ ਕੀਤੀ ਵੀਡੀਓ ਕਿਸੇ ਉਸ ਇਨਸਾਨ ਤੱਕ ਪਹੁੰਚੇ ਜਿਹੜਾ ਗੋਲੂ ਦਾ ਆਪਣਾ ਹੋਵੇ ਜਾਂ ਗੋਲੂ ਨੂੰ ਜਾਣਦਾ ਹੋਵੇ। ਪਲੀਜ਼ ਸ਼ੇਅਰ ਕਰਿਓ। ਸ਼ੁਕਰੀਆ ਬਾਈ। ਤੁਹਾਡਾ ਕੀ ਨਾਂ? ਜਗਜੀਤ ਸਿੰਘ। ਜਗਜੀਤ ਸਿੰਘ। ਤੁਹਾਡਾ ਵੀਰੇ? ਅਰਜਨ ਕੁਮਾਰ। ਅਰਜਨ ਕੁਮਾਰ। ਤੁਹਾਡਾ ਭੈਣੇ? ਦੀਪਾ ਸ਼ਰਮਾ। ਬਹੁਤ ਬਹੁਤ ਸ਼ੁਕਰੀਆ। ਇਹ ਤਿੰਨ ਰੱਬ ਰੂਪੀ ਮੈਂਬਰਾਂ ਦਾ ਜਿਨ੍ਹਾਂ ਨੇ ਆਪਣਾ ਫਰਜ਼ ਨਿਭਾਇਆ। 24 ਘੰਟੇ ਤੋਂ ਵੱਧ ਸਮਾਂ ਹੋ ਗਿਆ ਇਹਨਾਂ ਕੋਲ, ਅਤੇ ਇਹ ਆਪਣਾ ਨਵਾ ਧਵਾ ਕੇ ਇੱਥੇ ਤੱਕ ਲੈ ਕੇ ਆਏ ਨੇ ਗੋਲੂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੰਮੀ ਕੇ ਪਾਸ ਨਹੀਂ ਜਾਣਾ ਹੈ? ਮੰਮੀ ਮਾਰਤੀ ਹੈ? ਹੈਂ? ਪਾਪਾ? ਪਾਪਾ ਨਹੀਂ ਮਾਰਤੇ, ਮੰਮੀ ਮਾਰਤੀ ਹੈ। ਭਾਈ ਤੇਰਾ? ਭਾਈ ਭਾਈ ਨਹੀਂ ਹੈ, ਭਾਬੀ ਹੈ। ਭਾਬੀ?